ਜਿੱਦਾਂ ਮਾਨਯੋਗ ਡੀ ਜੀ ਪੀ ਸਾਹਿਬ ਦੀ ਹਦਾਇਤਾਂ 'ਤੇ ਸਾਡੇ ਜਿਹੜੇ ਸ਼੍ਰੀ ਵਰੁਣ ਸ਼ਰਮਾ IPS SIP ਪਟਿਆਲਾ ਸਾਹਿਬ ਵੱਲੋਂ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਹੇਠ ਅੱਜ ਜਿਹੜਾ ਇਹ ਕਾਸੂ ਆਪਰੇਸ਼ਨ ਚਲਾਇਆ ਗਿਆ ਸਬ ਡਿਵੀਜ਼ਨ ਨਾਭਾ ਦੇ ਵਿੱਚ, ਅਤੇ ਜਿਹਦੇ ਵਿੱਚ ਅੱਜ ਸਾਡੇ SP ਹੈੱਡਕੁਆਰਟਰ ਮੈਡਮ ਹਰਵੰਤ ਕੌਰ ਜੀ ਅਤੇ ਮੇਰੀ ਸਬ ਡਿਵੀਜ਼ਨ ਨਾਭਾ ਦੀ ਸਾਰੀ ਫੋਰਸ ਦੇ ਵਿੱਚ SHO ਕੋਤਵਾਲੀ ਗੁਰਪ੍ਰੀਤ ਸਿੰਘਰਾਓ, SHO ਭਾਸੋਂ ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ, SHO ਸਦਰ ਸਮੇਤ ਚੌਂਕੀਆਂ ਅਤੇ ਸਾਰੀ ਸਾਡੀ ਫੋਰਸ ਇਕੱਠੀ ਹੋ ਕੇ ਜਿਹੜਾ ਅੱਜ ਜਿੱਦਾਂ ਹੋਟਸਪੋਟ ਜਿਹੜਾ ਡਰੱਗ ਦਾ ਸਾਡਾ ਰੋਟੀ ਪੁਲ ਹੈ ਉਹ ਅੱਜ ਸਵੇਰੋਂ ਅਸੀਂ 8 ਵਜੇ ਲੈ ਕੇ ਸਾਰਾ ਪ੍ਰੋਪਰ ਚੈੱਕ ਕੀਤਾ ਹੈ। ਉੱਥੋਂ ਮਾੜੇ ਚੰਗੇ ਬੰਦੇ ਵੀ ਚੈੱਕ ਕੀਤੇ ਹਾਂ, ਬੁੱਕ ਵੀ ਕੀਤੇ ਹਾਂ। ਇਹਦੇ ਵਿੱਚ ਸਾਨੂੰ ਕਾਫੀ ਜਿਹੜਾ ਮੋਟਰਸਾਈਕਲ ਵਗੈਰਾ ਹੋਰ ਵਹੀਕਲ ਬਰਾਮਦ ਹੋਇਆ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ। ਉਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਰੇਲਵੇ ਸਟੇਸ਼ਨ, ਬੱਸ ਸਟੈਂਡ ਨੇ, ਹੋਟਲ ਵਗੈਰਾ ਨੇ, ਉਹਨਾਂ 'ਚ ਸਰਚ ਕਰ ਰਹੇ ਹਾਂ ਪ੍ਰੋਪਰ, ਤਾਂ ਕਿ ਜੋ ਕੋਈ ਮਾੜਾ ਚੰਗਾ ਬੰਦਾ ਜਿਹੜਾ ਤੁਰਿਆ ਫਿਰਦਾ ਉਹਨੂੰ ਅਸੀਂ ਕਾਬੂ ਕਰੀਏ। ਅਤੇ ਹੋਟਲਾਂ ਦੀ ਵੀ ਅਸੀਂ ਕਾਫੀ ਬਰੀਫਲੀ ਚੈਕਿੰਗ ਕੀਤੀ ਆ ਜੇ ਉਹ ਮੇਨਟੇਨ ਰਿਕਾਰਡ ਵਗੈਰਾ ਕਰਦੇ ਕਿ ਨਹੀਂ ਕਰਦੇ ਆ। ਤਾਂ ਇਹ ਸਾਡਾ ਇੱਕ ਪਬਲਿਕ ਦੇ ਵਿੱਚ ਅਮਨ ਅਮਾਲ ਬਹਾਲ ਕਰਾਉਣਾ ਹੁੰਦਾ ਵੀ ਜਿਹੜਾ ਚੰਗੇ ਬੰਦੇ ਨੂੰ ਲੱਗੇ ਵੀ ਹਾਂ ਪੁਲਿਸ ਨਾਲ ਆ ਅਤੇ ਅਸੀਂ ਅਮਨ ਅਮਾਨ ਨਾਲ ਰਹੀਏ, ਜਿਹੜਾ ਬੈਡ ਐਲੀਮੈਂਟ ਆ ਉਹ 'ਤੇ ਪ੍ਰੈਸ਼ਰ ਪਿਆ ਜਾ ਕੇ ਤਾਂ ਜੋ ਉਹ ਮਾੜੀ ਕਿਹੜੀ ਘਟਨਾ ਕਰਨ ਤੋਂ ਰੁਕ ਸਕੇ। ਫਿਊਚਰ ਵੀ ਚੈੱਕ ਕਰਦੇ ਰਹੋਗੇ ਜੀ? ਹਾਂਜੀ, ਸਾਡਾ ਕੰਟੀਨਿਊ ਰਹਿੰਦਾ। ਚੱਲ ਅੱਜ ਸਾਡਾ ਸਪੈਸ਼ਲ ਕਾਸੂ ਆਪਰੇਸ਼ਨ ਸੀਗਾ, ਮਾਨਯੋਗ SAP ਸਾਹਿਬ ਵੱਲੋਂ ਫੋਰਸ ਵੀ ਭੇਜੀ ਗਈ ਆ ਹੈੱਡਕੁਆਰਟਰ ਤੋਂ। ਉਹ ਅਸੀਂ ਸਾਰਾ ਸਭ ਨੂੰ ਨਾਭਾ ਦੇ ਵਿੱਚ ਜਿੱਥੇ ਸਾਡੇ ਹੋਟਸਪੋਟ ਨੇ, ਹੋਰ ਸਾਡੇ ਭੀੜ ਭੜੱਕੇ ਵਾਲੀ ਜਗ੍ਹਾ ਨੇ, ਹੋਟਲ, ਢਾਬੇ, ਸਰਾਂ, ਬੱਸ ਸਟੈਂਡ ਵਗੈਰਾ, ਉਹ ਅਸੀਂ ਸਾਰਾ ਚੈੱਕਅਪ ਕਰ ਰਹੇ ਹਾਂ। ਜਿਵੇਂ ਚੋਣਾਂ ਨੇੜੇ ਨੇ, ਜਿਨ੍ਹਾਂ ਨੇ ਅਸਲਾ ਧਾਰਕਾਂ ਨੇ ਅਸਲਾ ਜੰਮਣ ਕੇ ਉਹਨਾਂ ਵਾਸਤੇ ਕੀ? ਦੇਖੋ, ਜੋ ਸਾਨੂੰ ਉੱਪਰੋਂ ਹਦਾਇਤਾਂ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਰਿਗਾਰਡਿੰਗ, ਉਹ ਹੀ ਅਸੀਂ ਪਬਲਿਕ ਤੋਂ ਉਹਨਾਂ ਨੂੰ ਜਾਣੂ ਕਰਾਉਂਦੇ ਹਾਂ। ਜਿੱਦਾਂ ਵੈਪਨ ਨੇ, ਜਿਹੜੇ ਬੈਡ ਐਲੀਮੈਂਟਸ ਨੇ, ਉਹਨਾਂ ਦਾ ਸਾਰਾ ਅਸਲ ਜਮ੍ਹਾਂ ਕਰਾ ਰਹੇ ਹਾਂ। ਈਵਨ ਕਿ ਜਿਹੜੇ ਮਾੜੇ ਬੰਦੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਰਹੇ ਹਾਂ, 110 ਦੇ ਕਿੱਲਾਂ ਦੇ, 107 ਦੇ ਕਿੱਲਾਂ ਦੇ, ਉਹਨਾਂ ਦੇ ਖਿਲਾਫ਼ ਬਣਾ ਰਹੇ ਹਾਂ ਤਾਂ ਜੋ ਚੋਣਾਂ ਜਿਹੜੀਆਂ ਅਮਨ ਅਮਾਨ ਨਾਲ ਹੁਣ ਅਤੇ ਇਹਦੇ ਦੌਰਾਨ ਹੀ ਅਸੀਂ ਜਿਹੜੀ ਆ 24 ਘੰਟੇ ਸਿਕਿਉਰਿਟੀ, ਨਾਕਾਬੰਦੀ, ਪੈਟਰੋਲਿੰਗ ਸਾਡੇ ਜਿਹੜੇ ਏਰੀਏ ਵਿੱਚੋਂ ਸਾਡੇ SHO ਸਮਾਨ ਸਾਰੀ ਫੋਰਸ ਸਾਡੀ ਉਹ ਕਰ ਰਹੀ ਆ। ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾਊਗੀ? ਹਾਂਜੀ ਹਾਂਜੀ, ਕੀਤੀ ਜਾ ਰਹੀ ਹੈ ਜੀ, ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਆ। ਮੋਰਨਿੰਗ ਟਾਈਮ, ਦੁਪਹਿਰੇ, ਈਵਨਿੰਗ ਅਤੇ ਨਾਈਟ ਡੋਮੀਨੇਸ਼ਨ ਸਾਡੇ ਕੰਟੀਨਿਊ ਚੱਲ ਰਹੇ ਨੇ, ਤਾਂ ਜੋ ਜਿਹੜੇ ਕੋਈ ਇੱਦਾਂ ਦੀ ਘਟਨਾ ਜਿਹੜੀ ਸਾਹਮਣੇ ਨਾ ਆਵੇ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।